ਪਾਈ ਹੈ ਜਾਂ ਚਾਪਰ ਪਿੰਡ ਸੀਹਾਂ ਲਾਉਂਦੇ ਵੇਖਦਾ ਵੀ ਜਿਹੜੇ ਪਿੰਡ ਦੇ ਕਿਰਪਾਲ ਘੋਲ ਵਰਗੇ ਹੋਏ ਹੈ ਸੁਲਤਾਨ ਵਰਗੇ ਖੇਡੇ ਹੈ ਵੇਖਦਾ ਵੀ ਮੈਦਾਨ ਵਿੱਚ ਸ਼ਿੰਗਾਰਾ ਤੇ ਸੁੱਖਾ ਸੁੱਖਾ ਤੇ ਸ਼ਿੰਗਾਰਾ ਹੋਈ ਹੈ ਪੁਆਇੰਟ ਵੱਧੋ ਵੱਧ ਖਾਤੇ ਜੁੜ ਚੁੱਕੇ ਹੈ ਕੈਰ ਪਿੰਡ ਦਾ ਪਾਲ ਇਸ ਵੇਲੇ ਵਾਧਾ ਹੋਇਆ ਮੈਦਾਨ ਵਿੱਚ ਕਬੱਡੀ ਪਾਉਂਦੇ ਨੇ ਵੇਖਦਾ ਵੀ ਚਾਰ ਚਾਪਰ ਵੱਧੋ ਵਾਰੀ ਰੈਡੀ ਹੈ ਫੀਕਾ ਚੌੜੀਆਂ ਪੱਟ ਦੇ ਮੋਟੇ ਸੋਹਣੇ ਲੇਕਿਨ ਸਰੀਰ ਭੰਬੂਕੇ ਅਗਦੇ ਲੋਕੀ ਦੱਸਦੇ ਡਾਢੀ ਆ ਤਕਦੀਰ ਕਿਹੜੀ ਜਵਾਨੀ ਜੋਸ਼ ਨਿਸ਼ਾਨੀ ਆ ਲੁੱਡੀਆਂ ਪਾਉਂਦੇ ਫਿਰਦੇ ਅੱਜ ਵੀ ਬੱਲਿਆ ਮੁੱਲ ਨੇ ਪੈਂਦੇ ਸਟਾਰ ਬਣੇ ਜੋ ਚਿਰਦੇ ਵੇਖਦਾ ਵੀ ਗਰਾਊਂਡ ਵਿੱਚ ਖਾਨ ਖਾਨ ਵੱਧੋ ਵਾਰੀ ਹੈ ਪਰ ਗਰਾਊਂਡ ਵਿੱਚ ਨਾ ਬੂਟੇ ਦਾ ਸਤਾ ਸਿੰਘ ਵਾਲਾ ਪਿੰਡ ਹੈ ਮੇਰੇ ਵੀਰੋ ਬੂਟਾ ਸਤਾ ਸਿੰਘ ਵਾਲੇ ਦਾ ਲਾ ਕੇ ਤੌਰ ਦਾ ਜੱਫਾ ਪੁਆਇੰਟ ਵੱਧੋ ਵਾਰ ਦੇ ਖਾਤੇ ਜੋੜ ਚੁੱਕੇ ਹੈ ਸ਼ੇਰੂ ਆ ਗਿਆ ਕਬੱਡੀ ਪਾਉਣ ਜਿੰਨੇ ਜਾਪੀ ਜੱਥੇ ਲਾਉਣਗੇ ਉਨੇ ਸੌ ਸੌ ਦੇ ਵੱਡੇ ਮਨ ਹੋਣਗੇ ਸਾਧੂ ਸਰਪੰਚ ਵੱਲੋਂ ਨਾ ਵੱਧ ਵਾਲੀ ਖਾਣ ਦਾ ਇੱਕ ਜੱਫਾ 200 ਦਾ ਹੋਵੇਗਾ ਤੇ ਇਹਦੇ ਦਿਨਾਲੀ ਮਕਾਨ ਭਰਨਾ ਉਹਦੇ ਵੱਲੋਂ ਵੀ ਮਾਨਸਕਾਰ ਜਿਹੜਾ ਹੈ ਵੱਧ ਵਾਲੀ ਖਾਣ ਦੇ ਹਰ ਇੱਕ ਜੱਫੇ ਦੇ ਉੱਤੇ ਹੋਵੇਗਾ ਤੇ ਨਾਲ ਇੱਕ ਵੀਰ ਸਾਡਾ ਲਵੀ ਪੰਨੋ ਮਕਾਨਪੁਰੀਆ ਉਹਦੇ ਵੱਲੋਂ ਵੀ ਉਹਨੇ ਸੌੜ ਤੇ ਜਾਣਗੇ ਜਿੰਨੇ ਵੀ ਵੱਧ ਵਾਲੀ ਖਾਣ ਜੱਫੇ ਲਾਵੇਗਾ ਲਓ ਟੇਕ ਧਰਤੀ ਮਾਰ ਮੱਥਾ ਕੰਗਣ ਵਾਲੀਆ ਤੋਤਾ ਮੇਰੇ ਵੀਰੋ ਤੋਤਾ ਕੰਗਣ ਵਾਲੀਆ ਮਿੱਠਾ ਉਧਰ ਸਾਡਾ ਵੀਰ ਮੇਜਰ ਤੇ ਸੁੱਖਾ ਗੱਲ ਮੁੱਲਾਪੁਰ ਵਾਲਾ ਕਹਿੰਦਾ ਬੱਧੋ ਵਾਲੀ ਜਿੰਨੇ ਜਾਪੀ ਜੱਫੇ ਲਾਉਣਗੇ 100-100 ਦੇ ਵੱਡੇ ਮਾਰ ਹੋਣਗੇ ਲਵੀ ਮੁਕੰਦਪੁਰੀਆ ਸਾਡਾ ਭਰਾ ਵਾ ਜਿੱਥੋਂ ਤੱਕ ਕਹਿੰਦੇ ਮੋਨੂ ਮੁਕੰਦਪੁਰ ਵਾਲਾ ਵਧੀਆ ਖਿਡਾਰੀ ਹੈ ਕਬੱਡੀ ਦਾ ਤੇ ਲਵੀ ਸਾਡਾ ਵੀਰ ਕਹਿੰਦਾ ਵੀ ਆਪਾਂ ਦਿਲਪ੍ਰੀਤ ਪੁਲਸੀਆ ਤੇ ਨਾਲ ਹਰਮਨ ਗਿੱਲ ਇਹਨਾਂ ਵੱਲੋਂ ਇੱਕ 100 ਰੁਪਏ ਦੇ ਮਾਸਕਰ ਹੋਣਗੇ ਆ ਕਬੱਡੀ ਦੇ ਉੱਤੇ ਆਹ ਵੇਖਦਾ ਵੀ ਜਿਉਣ ਵਾਲੇ ਦਾ ਨੌਜਵਾਨ ਸੁੱਖਾ ਕਬੱਡੀ ਪਾ ਰਿਹਾ ਹੈ ਚਾਹ ਚਾਪਰ ਹੈ ਲਵੀ ਗੁੜੀ ਵੇਖਦਾ ਨੌਜਵਾਨ ਹੈ ਆਹ ਮੁੱਲਾਪੁਰ ਦੇ ਕਬੱਡੀ ਕੱਪ ਦਾ ਫਾਈਨਲ ਸ਼ੁਰੂ ਹੋ ਚੁੱਕਿਆ ਹੈ ਇੱਕ ਪਾਸੇ ਲਾਓ ਸ਼ਿੰਗਾਰਾ ਹੋਰ ਦੀ ਧਰਤੀ ਦਾ ਪੁਆਇੰਟ ਰੇਡਰ ਦੇ ਖਾਤੇ ਪੁਆਇੰਟ ਵੱਧੋ ਵਾਲ ਦੇ ਖਾਤੇ ਲਵੀ ਵੀਰਿਆ ਇਹ ਪੁੱਟਦੇ ਕਰਨੀ ਪੈਣੇ ਆ ਜਦ ਇੱਕ ਵੀਰ ਇੱਥੇ ਖੜ ਜਵੇ ਮਾਇਆ ਨਾਂ ਦੇ ਨਾਲ ਫਰਾਈ ਜਾਵੋ ਲਾਲੀ ਲਵੀ ਮੁਕੰਦਪੁਰ ਤੇ ਦੁਨਾਲੀ ਸਾਡਾ ਵੀ ਮੁਕੰਦਪੁਰ ਵਾਲਾ ਕਹਿ ਕਟਵਾ ਜਾਫੀ ਸਾਡੇ ਲਈ ਮਾਏ ਦੇ ਕੱਥੇ ਭੇਜਦਾ ਸਾਡੇ ਬੁੱਢਾ ਤੋਂ ਖੁਸ਼ ਹੋ ਗਏ ਟੁੱਟ ਨਵਾ ਇਹਨਾਂ ਵੱਲੋਂ ਵੀ 200 ਦੇ ਮਾਣ ਹੋਣਗੇ ਵੱਧੋ ਵਾਰੀਆ ਜਿਹੜਾ ਵੀ ਜਾਫੀ ਜੱਫਾ ਲਾਵੇ ਬਾਤੂ ਖਿਡਾਰੀ ਬਾਈ ਪਿੱਛੇ ਆ ਜੋ ਲਾਈਵ ਚੱਲਦਾ ਵੀਰੇ ਜੇ ਵੱਧੋ ਵਾਰੀਆ ਦੌਰਾਨ ਜੱਫਾ ਲਾਵੇ 500 ਦੇ ਮਾਣ ਹੋਣਗੇ ਲਾਸਟ ਮੈਚ ਹੈ ਵੀਰੇ ਪਿੱਛੇ ਆ ਜੋ ਆਪਾਂ ਬੋਲਦੇ ਆ ਕਿਉਂਕਿ ਲਾਈਵ ਵਾਲੇ ਕਹਿੰਦੇ ਵੀ ਸਵਾਦ ਨੀ ਆਉਂਦਾ ਸਾਨੂੰ ਕਿਉਂਕਿ ਜਿਹੜੇ ਬਾਹਰ ਜੁੜੇ ਹੋਏ ਨੇ ਨਾ ਹਾਂ ਉਹ ਵੀਰੇ ਪੂਰੇ ਵੀ ਖੜੇ ਨੇ ਲਾਈਵਾਂ ਦੇ ਸਾਹਮਣੇ ਪਾਲ ਕਹਿਣ ਵਾਲਾ ਇੱਕ ਖਿਡਾਰੀ ਮੇਰੇ ਕੋਲ ਆ ਜਾਵੇ ਸੀਹਾਂ ਦੁੱਧ ਵਾਲੇ ਖਿਡਾਰੀ ਸਾਡੇ ਕੋਲ ਆ ਜਾਵੇ ਆ ਪੈਸੇ ਬਾਜੀ ਕਿਰਪਾ ਕਰਕੇ ਫੜੀ ਚੱਲੋ ਇੱਧਰ ਸੀਹਾਂ ਦੁੱਧ ਵਾਲੇ ਜਿੰਨੇ ਜਾਪੀ ਜੱਫੇ ਲਾਉਣਗੇ 100-100 ਦੇ ਵੱਡੇ ਮਾਰ ਹੋਣਗੇ ਜੱਸੀ ਬਈ ਜੱਫੇ ਸੀਹਾਂ ਦੁੱਧ ਗਿਣ ਕੇ ਮੈਨੂੰ ਦੱਸ ਦੀ ਕਿੰਨੇ ਨੇ ਬਾਅਦ ਚ ਆਪਾਂ ਪੈਸੇ ਦੇ ਦੇਵਾਂਗੇ ਆ ਲੈ ਲਵੀ ਸਾਡਾ ਵੀ ਮੁਕੰਦਪੁਰ ਵਾਲਾ ਆ ਜੱਬ ਹਾਂ ਪਾਲ ਦੇ ਲਈ 100 ਦੇ ਵੱਡੇ ਮਾਰ ਭੇਜਦੇ ਨੇ ਧੰਨਵਾਦ ਕਰਦੇ ਹਾਂ ਕੰਗਣ ਵਾਲੀ ਆ ਤੋਤਾ ਕਬੱਡੀ ਪਾਉਂਦਾ ਹੋਇਆ ਤੇ ਗੱਲ ਕਰੂ ਬਿੱਲਾ ਲਾਉਂਦੋ ਤੇ ਨਾਲ ਹੀ ਸਾਡਾ ਵੀਰ ਸਾਧੂ ਸਿੰਘ ਦੇ ਸਰਪੰਚ ਇਹਨਾਂ ਵੱਲੋਂ 200 ਦੇ ਮਾਰ ਹੋਣਗੇ ਵੱਧੋ ਵਾਰੀ ਖਾਣ ਦਾ ਇੱਕ ਜੱਫਾ ਨੀਟੂ ਧਨੋਏ ਵੱਲੋਂ 500 ਦਾ ਹੋਵੇਗਾ ਮੇਰੇ ਵੀਰੋ ਨੀਟੂ ਧਨੋਏ ਵੱਲੋਂ 500 ਵੱਧੋ ਵਾਲੀ ਖਾਣ ਦੇ ਇੱਕ ਜੱਫੇ ਦਾ ਜਿਉਣ ਵਾਲੇ ਦਾ ਨੌਜਵਾਨ ਸੁੱਖਾ ਵਾਧਾ ਹੋਇਆ ਮੈਦਾਨ ਵਿੱਚ ਕਬੱਡੀ ਪਾਉਣ ਦੇ ਲਈ ਨੀਟੂ ਧਨੋਏ ਦਾ ਨਾ ਖਾਸ ਤੌਰ ਤੇ ਧੰਨਵਾਦ ਹੈ ਜਿਹਨੇ ਸਵੇਰ ਤੋਂ ਲੈ ਕੇ ਨੋਟਾਂ ਦਾ ਮੀਂਹ ਪਾਇਆ ਤੇ ਕਬੱਡੀ ਦੇ ਕੱਲੇ ਕੱਲੇ ਖਿਡਾਰੀ ਦਾ ਸਤਿਕਾਰ ਕੀਤਾ ਹੈ ਸੁੱਖੇ ਦੀ ਰੇਡ ਹੈ ਲੈ ਸੋਨੀ ਲਾਵੀ ਜੱਫਾ ਨੌਜਵਾਨ ਹੈ ਤੇ ਵੇਖਦਾ ਵੀ ਮੈਦਾਨ ਵਿੱਚ ਬੱਲੇ 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 ਸਵਾਦ ਸਵਾਦ ਕਬੱਡੀ ਦਾ ਹੈ ਨਜ਼ਾਰਾ ਕਬੱਡੀ ਦਾ ਮੁੱਲਾਪੁਰ ਦਾ ਕਬੱਡੀ ਕੱਪ ਹੈ ਵੇਖਦਾ ਵੀ ਮੈਦਾਨ ਵਿੱਚ ਸੋਨੀ ਸੀਹਾਂ ਦੌੜੀਆ ਬਾਪ ਨੌਜਵਾਨ ਹੈ ਸ਼ਾਤੀ ਹੈ ਕਹਿੰਦੇ ਰਾਣੋ ਵਾਲੇ ਗੁਰੀ ਦੇ ਨਾਲ ਇਹ ਵੀ ਜੋ ਪੁਆਇੰਟ ਸੀਹਾਂ ਦੌੜੇ ਖਾਤੇ ਨੀਟੋ ਧਨੋਆ 200 ਰੁਪਈਆ ਭੇਜ ਹੈ ਸੋਨੀ ਸੀਹਾਂ ਦੌੜ ਵਾਲੇ ਦੇ ਲਈ ਲਾਲੀ ਗੁਰੀ ਹੁਣ 200 ਛੱਡ ਨੌਜਵਾਨ ਹੈ ਹੁਣ 500 ਦੇ ਮਾਨ ਕਰਨੇ ਹੈ ਕਹਿਣ ਪਿੰਡ ਦਾ ਪਾਲ ਵਧਾ ਹੋਇਆ ਕਬੱਡੀ ਪਾਉਣ ਦੇ ਲਈ
ਗੱਲਪ੍ਰੀਤ ਪੁਲਸੀਆ ਦੇ ਨਾਲ ਹੀ ਪਰਮ ਗੱਲ ਸਾਡਾ ਵੀਰ ਤੇ ਨਾਲ ਹੀ ਲਵੀ ਮੁਕੰਦਪੁਰੀ ਆ ਜਾਫੀ ਲਈ ਮੈਚ ਦੇ ਕੱਪੇ ਭੇਜ ਦੇ ਤੇ ਮਿੱਤਰ ਸਿੰਘ ਕੈਨੇਡਾ ਤੇ ਨਾਲ ਹੀ ਸਾਡਾ ਵੀਰ ਮੇਰੇ ਵੀਰੋ ਸੁੱਖਾ ਗੱਲ ਮੁੱਲਾਪੁਰ ਵਾਲਾ ਲੈ ਵੀ ਖਾਣ ਵਾਲੇ ਜਿਹੜੇ ਖਿਡਾਰੀ ਦੇ ਤੇ 100-100 ਦੇ ਵੱਡੇ ਮਾਨ ਨੇ ਧੰਨਵਾਦ ਕਰਦੇ ਨਾਲ ਹੀ ਲਵੀ ਮੁਕੰਦਪੁਰ ਦੇ ਤੁਲਾਲੀ ਜਾਂ ਸਾਡੇ ਭਰਾਵਾਂ ਦਾ ਧੰਨਵਾਦ ਕਰਦੇ ਆ ਆਹ ਬੱਤਵਾਲੀ ਦੇ ਪੈਸੇ ਇੱਕ ਸਪੇਅਰ ਖਿਡਾਰੀ ਮੇਰੇ ਤੋਂ ਫੜ ਕੇ ਲੈ ਜੀ ਵਾਹ ਇਹ ਆ ਸ਼ਿੰਗਾਰਾ ਕਹਿੰਦੇ ਹੋਣ ਵਾਲਾ ਮੇਰੀ ਵੀਰੇ ਚੰਗੇ ਚੰਗੇ ਧਾਵੀ ਨੂੰ ਟੱਕਣ ਵਾਲਾ ਜਾਫੀ ਹੈ ਏਡੋ ਧਰੋਏ ਵੱਲੋਂ ਜੇ ਸੀਹਾਂ ਲੋੜੀਆਂ ਭਾਊ ਜੱਫਾ ਲਾਵੇ 500 ਦਿੱਤਾ ਜਾਵੇਗਾ ਕਾਲੇ ਨੀਟੋ ਧਰੋਏ ਦੇ ਵੱਲੋਂ ਜੇ ਭਾਊ ਜੱਫਾ ਲਾਵੇ ਨਾ ਸੀਹਾਂ ਲੋੜੀਆਂ 500 ਦੇ ਮਾਣ ਕੀਤੇ ਜਾਣਗੇ ਲਓ ਕੰਗਣ ਵਾਲੀਆਂ ਤੋਤਾ ਵੜਿਓ ਹਾਂ ਕਬੱਡੀ ਪਾਉਣ ਲਈ ਵੇਖ ਸਭੀ ਮੈਦਾਨ ਵਿੱਚ ਚਾਹ ਚਾਪਰ ਪੱਦੋ ਵਾਲੀਏ ਚੌਹਾਂ ਦੇ ਵਿੱਚੋਂ ਖਾਨ ਪੱਦੋ ਵਾਲੀਏ ਬੂਟਾ ਸੱਦਾ ਸਿੰਘ ਵਾਲੇ ਦਾ ਨਾਲ ਕਹਿੰਦੇ ਕਾਜਾ ਤੇ ਨਾਲ ਹਠੂਰ ਪਿੰਡ ਦਾ ਪਾਲ ਇਸ਼ਾਰਾ ਹੋ ਚੁੱਕਿਆ ਹੈ ਵੀ ਆ ਵੀ ਜੋ ਪੁਆਇੰਟ ਸੀਹਾਂ ਨਾਲ ਦੇ ਖਾਤੇ ਜੁੜ ਚੁੱਕਿਆ ਹੈ ਆ ਵੀ ਸੁਖਿਆ ਹੈ ਤਾਂ ਵੀ ਕਬੱਡੀ ਨਾਲ ਜਾਂਦਾ ਹੈ ਸੁਖਾ ਜਾਣ ਵਾਲ ਟੇਕ ਧਰਤੀ ਮਨ ਮੱਥਾ ਪੱਦੋ ਵਾਲੀ ਟੀਮ ਵੱਲੋਂ ਰੇਡ ਪਾਉਣ ਆ ਗਿਆ ਹੈ ਕੱਲੇ ਕੱਲੇ ਮੁੰਡੇ ਤੇ ਜਵਾਨੀ ਪੂਰੀ ਹੈ ਕੱਲੇ ਕੱਲੇ ਇੱਕ ਇੱਕ ਚੁੰਗੀ ਬੁਰੀ ਆ ਕਿ ਕੱਲੇ ਕੱਲੇ ਇੱਕ ਇੱਕ ਚੁੰਗੀ ਬੁਰੀ ਹੈ ਵੇਖਦਾ ਵੀ ਮੈਦਾਨ ਵਿੱਚ ਫਸਵਾ ਮੈਚ ਚੋਟੀ ਦੀ ਟੱਕਰ ਸਿਆਣ ਓੜੀਏ ਸੋਨੀ ਇੱਕ ਪਾਸੇ ਤੇ ਲੱਪੋ ਵਾਹ ਸੁੱਖਾ ਜਾਣ ਵਾਲੇ ਦਾ ਉਧਰ ਸਰਪੰਚ ਸਾਧੂ ਸਿੰਘ ਜੀ ਉਹਨੇ ਤਰਫੋਂ ਖਾਨ ਪੱਤੋ ਵਾਲੇ 200 ਦੇ ਵੱਡੇ ਮਾਨ ਨੇ ਲੈ ਵੀ ਕਿਹਾ ਹਰਵਿੰਦਰ ਸਿੰਘ ਫੜਾ ਦੇ ਪੱਤੋ ਵਾਲੀ ਨਾਲੇ 200 ਰੁਪਇਆ ਫੜ ਕੇ ਲੈ ਜਾ ਉਧਰ ਸਾਰਾ ਵੀਰ ਮੁਕੰਦਪੁਰ ਗਿਆ ਤੁਲਾਲੀ ਦਾ ਵਿਸ਼ੇਸ਼ ਸਨਮਾਨ ਸੀ ਤੇ ਨਾਲੇ ਲਵੀ ਮੁਕੰਦਪੁਰ ਵਾਲਾ ਆਹ ਮੁੰਡੇ 200 ਰੁਪਇਆ ਫੜਦਾ ਖਾਨ ਪੱਤੋ ਵਾਲੀ ਜਿਹੜੇ ਉਹ ਜਾਕਰ ਸਿੰਘ ਜੀ ਉਹਨਾਂ ਤਰਫੋਂ ਆਹ ਕਬੱਡੀ ਦੇ 100 ਦੇ ਵੱਡੇ ਮਾਨ ਹੋਣਗੇ ਪਾਲ ਦੀ ਕਬੱਡੀ ਹੈ ਕੈਂਡ ਪੈਂਦਾ ਕਹਿੰਦੇ ਐਸੇ ਧਾਵੀ ਦਾ ਤੇ 200 ਦੇ ਮਾਨ ਨੇ ਤੇ ਨਾਲੇ ਸਾਡੀ ਲਵੀ ਮੁਕੰਦਪੁਰ ਦੇ ਨਾਲ ਹੀ ਤੁਲਾਲੀ ਲੈ ਵੀ ਕਿਹਾ 200 ਰੁਪਇਆ ਲੈ ਜਾ ਸ਼ੇਰੂ ਆ ਗਿਆ ਪੱਤੋ ਵਾਲੀ ਹੈ ਨੀਟੋ ਧਵਾ ਕੇ ਨਾ 500 ਦੇਵੋਗੇ ਜੇ ਪਾਉ ਜਫਾ ਲਾ ਦੇਵੋਗੇ ਜੇ ਪਾਉ ਸੀਹਾਂ ਲੋੜੀਏ ਜਫਾ ਲਾਵੇ ਤੇ 500 ਦੇ ਮਾਨ ਕੀਤੇ ਜਾਣਗੇ ਸ਼ੇਰੂ ਸ਼ੇਰੂ ਪੱਤੋ ਵਾਲੀ ਹੈ ਤੇ ਸਾਹਮਣੇ ਵੇਖਦਾ ਵੀ ਸ਼ਿੰਗਾਰਾ ਹੋਣ ਵਾਲਾ ਵੱਡਾ ਤਜਰਬਾ ਰੱਖਦਾ ਪਰ ਪੁਆਇੰਟ ਪੱਤੋ ਵਾਲੇ ਦੇ ਖਾਤੇ ਭਾਈ ਸ਼ੇਰੂ ਦੀ ਖੇਡ ਜੇ ਚੰਗੀ ਲੱਗੀ ਹੈ ਨਾ ਤੇ ਜ਼ੋਰਦਾਰ ਤਾੜੀ ਮਾਰ ਦਿਓ ਮੇਰੇ ਵੀਰੋ ਬੜੀ ਸੋਹਣੀ ਖੇਡ ਵਿਖਾਈ ਹੈ ਨੌਜਵਾਨ ਨੇ ਸ਼ੇਰੂ ਪੱਤੋ ਵਾਲੀ ਹੈ ਉਧਰ ਜੇਕਰ ਖਾਣ ਜੱਫਾ ਲਾਉਂਦਾ ਸਾਡੇ ਸਰਪੰਚ ਸਾਧੂ ਸਿੰਘ ਜੀ ਆਖਦੇ ਵੀ 200 ਦੇ ਵੱਡੇ ਮਾਰ ਹੋਣਗੇ ਪਰ ਇੱਧਰ ਕੰਗਣ ਵਾਲੀਆਂ ਤੋਤਾ ਪਰ ਸੁੱਖਾ ਕਹਿੰਦੇ ਸੱਦੇ ਵਾਲ ਪਿੰਡ ਹੈ ਮੋਗਾ ਜ਼ਿਲ੍ਹਾ ਤੇ ਦੂਜੇ ਪਾਸੇ ਮੇਰੇ ਵੀਰੇ ਲੱਗਦਾ ਹੋਇਆ ਜੱਫਾ ਵਾਹ ਪਰ ਅੰਕ ਇਸ ਵੇਲੇ ਜਾਫੀ ਦੇ ਹਿੱਸੇ ਜੁੜ ਚੁੱਕੇ ਹੈ ਮਿੱਤਰ ਸਿੰਘ ਜੀ ਸੁੱਖਾ ਗੱਲ ਮੁੱਲਾਪੁਰ ਵਾਲੇ ਕਹਿੰਦੇ ਪੱਤੋ ਵਾਲੇ ਜਿੰਨੇ ਜਾਫੀ ਜੱਫੇ ਲਾਉਣਗੇ ਉਨੇ 100-100 ਦੇ ਵੱਡੇ ਮਾਰ ਹੋਣਗੇ ਨੀਟੋ ਧਰਵਾ ਚਾਹੇ ਸੋਨੀ ਜੱਫਾ ਲਾਵੇ ਚਾਹੇ ਭਾਊ ਜੱਫਾ ਲਾਵੇ ਕਹਿੰਦੇ 500 ਦੇਵਾਂਗੇ ਨੀਟੋ ਧਰਵਾ ਆਹ ਕਬੱਡੀ ਦੇ ਉੱਤੇ 500 ਦੇ ਮਾਰ ਕੀਤੇ ਜਾਣਗੇ ਲੱਗੇ ਖੁੱਜੀ ਤੇ ਛੜਾਈ ਖੁੱਜ ਇਹ ਆ ਸੁੱਖਾ ਜਾਣ ਵਾਲੇ ਦਾ ਮੇਰੇ ਵੀਰੋ ਵੱਧੋਵਾਂ ਦੀ ਟੀਮ ਦੇ ਖਾਤੇ ਅੱਗ ਜੋੜ ਗਏ ਆ ਵੀ ਕੈਂਡ ਪਿੰਡ ਵਾਲੇ ਹੈ ਆ ਵੀ ਕਬੱਡੀ ਕੈਂਡ ਪਿੰਡ ਦਾ ਪਾਲ ਜੱਗੇ ਧਲੇ ਦੀ ਯਾਦ ਵਿੱਚ ਆਹ ਕਬੱਡੀ ਤੇ 100 ਦੇ ਵੱਡੇ ਮਾਰ ਹੋਣਗੇ ਕੈਂਡ ਪਿੰਡ ਵਾਲਾ ਪਾਲ ਕਬੱਡੀ ਪਾਉਂਦਾ ਹੈ ਉੱਧਰ ਜੱਗੇ ਧਲੋਏ ਦੀ ਯਾਦ ਵਿੱਚ 100 ਦੇ ਵੱਡੇ ਮਾਰ ਹੈ ਇੱਧਰ ਚਿੱਟੀ ਪੱਟੀ ਆ ਗੋਰਾ ਚਿੱਟਾ ਰੰਗ ਪਰ ਬੱਤੋ ਵਾਲੀ ਆ ਖਾਨ ਹੈ ਵਾਹ ਪਰ ਪਾਲ ਅੰਕ ਆਪਣੀ ਟੀਮ ਦੇ ਨਾਲ ਹੀ ਲਵੀ ਸਾਡਾ ਵੀ ਮੁਕੰਦਪੁਰੀ ਹੈ ਤੇ ਨਾਲ ਹੀ ਤੁਲਾਲੀ ਸਾਡਾ ਵੀਰ ਉਹਨਾਂ ਦੀ ਤਰਫੋਂ ਪਾਲਦੀ ਲਓ ਕਬੱਡੀ ਸ਼ੇਰੂ ਨੇ ਫਿਰ ਮਾਰਤੀ ਹੈ ਨੀਲਾ ਰੰਗ ਨਿਆਮਤ ਦਾ ਏ ਕਾਲਾ ਰੰਗ ਕਿਆਮਤ ਦਾ ਏ ਜਿਸ ਦਿਨ ਮੁੱਕਿਆ ਰੰਗ ਇਸ਼ਕ ਦਾ ਉਹ ਦਿਨ ਤੇਰੀ ਸ਼ਾਮਤ ਦਾ ਏ ਰੱਬੀ ਰੰਗ ਮੰਗਾਉਣਾ ਜੇਕਰ ਰੂਹ ਨੂੰ ਕਰ ਲੈ ਖਾਲੀ ਵਰਗਾ ਸ਼ਾਇਰੀ ਮੇਰੀ ਨੂੰ ਰੰਗ ਬਖਸ਼ੋ ਆਪ ਤਾਬ ਦੀ ਲਾਲੀ ਵਰਗਾ ਫਸਿਆ ਪਿਆ ਮੈਚ ਹੈ ਅਨ ਇੱਕ ਇੱਕ ਕਬੱਡੀ ਦਿਲ ਨੂੰ ਟੁੰਬ ਲੈਣ ਵਾਲੀ ਪਾਈ ਆ ਰਹੀ ਹੈ ਵੇਖਦਾ ਵੀ ਗਰਾਊਂਡ ਦੇ ਵਿੱਚ ਕੰਗਣ ਵਰਗਾ ਤੋਤਾ ਅਗਲੀ ਕਬੱਡੀ ਪਾਉਣ ਜਾ ਰਿਹਾ ਹੈ ਚੋਟੀ ਦੇ ਨੇ ਜਾਫੀ ਕੋਪੀ ਤਾਊ ਪ੍ਰਭਾਨ ਜੀ ਹੁੰਡੀਆਂ ਨੇ ਗੱਲਾਂ ਗੁਰਲਾਲ ਹੈ ਮਹਾਨ ਜੀ ਜਾਫੀ ਹੈ ਸਟਾਰ ਮੰਗੀ ਪੱਗੇ ਪਿੰਡ ਦਾ ਪੱਪੂ ਅੰਦਰ ਭੈ ਵਿੱਚ ਅੰਨੀ ਜਾਨ ਜੀ ਕਦੇ ਗੱਲਾਂ ਇਹਨਾਂ ਖਿਡਾਰੀਆਂ ਦੀਆਂ ਹੋਈਆਂ ਹੈ ਫਾਈਨਲ ਖੇਡਿਆ ਜਾ ਰਿਹਾ ਹੈ ਇੱਕ ਪਾਸੇ ਪੱਦੋਵਾਲ ਦੀ ਟੀਮ ਫਾਈਨਲ ਵਿੱਚ ਪੁੱਜੀ ਹੈ ਤੇ ਇੱਕ ਪਾਸੇ ਪਿੰਡ ਸੀਹਾਂ ਨਾਲ ਦੀ ਟੀਮ ਹੈ ਨੀਟੋ ਧਰੋਏ ਦੇ ਵੱਲੋਂ 500 ਪਵੇਗਾ ਤੀਹਾਂ ਦੌੜੀਆਂ ਕੋਈ ਵੀ ਜਾਫੀ ਜੱਫਾ ਲਾਵੇ ਨੀਟੋ ਧਰੋਏ ਦੇ ਵੱਲੋਂ 500 ਦੇ ਮਾਣ ਕੀਤੇ ਜਾਣਗੇ ਸ਼ਿੰਗਾਰਾ ਹੋਰ ਵਾਲਾ ਮੇਰੇ ਵੀਰੋ ਵੇਖਦਾ ਵੀ ਲਓ ਭਜਿਆ ਜਾ ਕੇ ਟੀਮ ਲਾ ਆ ਸਾਡਾ ਵੀਰ ਕਰਜੋਤ ਤੇ ਲਵੀ ਮੁਕੰਦਪੁਰੀਆ ਕਹਿੰਦਾ ਲੈ ਵੀ ਸੁੱਖੇ ਤੇਰੇ ਨੇ
ਸੌ ਦੇ ਵੱਡੇ ਮਾਨੇ ਪੱਤੋਵਾਲੀਆ ਆ ਤੇਰੇ ਲਿਖ ਸੌ ਦੇ ਵੱਡੇ ਮਾਨੇ ਇੱਧਰ ਸਾਹਮਣੇ ਕਹਿੰਦੇ ਕੈਣ ਪਿੰਡ ਵਾਲਾ ਪਾਲ ਕਬੱਡੀ ਪਾਉਂਦਾ ਹੋਇਆ ਤੇ ਪੱਤੋਵਾਲੀ ਇੱਕ ਪਾਸੇ ਖਾਣ ਦੂਜੇ ਪਾਸੇ ਸੱਦਾ ਸਿੰਘ ਵਾਲਾ ਸੁੱਖਾ ਕਿਹੜਾ ਜੱਫਾ ਲਾਵੇਗਾ ਸਮੇਂ ਦੀ ਗੱਲ ਹੋਣੀ ਹੈ ਜਿਹੜੀ ਟੀਮ ਨੇ ਫਸਟ ਆਵੇਗੀ ਸ਼ਿੰਦਾ ਬਾਦਸ਼ਾਹ ਦੇ ਵੱਲੋਂ ਦੋ ਪਿਆਰ ਦੇ ਸਪੈਸ਼ਲ ਮਾਨ ਕੀਤੇ ਜਾਣਗੇ ਸ਼ਿੰਦਾ ਬਾਦਸ਼ਾਹ ਜਿਹੜੀ ਟੀਮ ਫਸਟ ਆਵੇਗੀ ਦੋ ਯਾਰ ਦੇ ਸਪੈਸ਼ਲ ਮਾਨ ਕੀਤੇ ਜਾਣਗੇ ਸ਼ੇਰੂ ਪੱਤੋਵਾਲੀਆ ਕਬੱਡੀ ਪਾ ਰਿਹਾ ਨਾਥ ਵਰਗੇ ਕਦੀ ਕਿਰਪਾਲ ਘੋਲ ਵਰਗੇ ਕਦੀ ਸੁਲਤਾਨ ਵਰਗੇ ਖੇਡੇ ਹੈ ਅੱਜ ਇਹਨਾਂ ਖਿਡਾਰੀਆਂ ਦਾ ਸਮਾਂ ਤੇ ਕੰਗਣ ਵਰਗੀਆਂ ਤੋਤਾ ਵਾਧਾ ਹੋਇਆ ਕਬੱਡੀ ਪਾਉਣ ਦੇ ਲਈ ਉਧਰ ਸ਼ਿੰਦਾ ਬਾਦਸ਼ਾਹ ਸਾਡਾ ਵੀਰ ਕਹਿੰਦਾ ਜਿਹੜੀ ਟੀਮ ਫਸਟ ਆਵੇਗੀ ਨਾ ਦੋ ਹਜ਼ਾਰ ਰੁਪਏ ਦੇ ਵੱਡੇ ਸਨਮਾਨ ਹੋਣਗੇ ਪਰ ਉਧਰ ਸਾਲਾ ਵੀ ਲਵੀ ਬਕੰਤਪੁਰੀਆ ਸੌ ਸੌ ਦੀ ਕੁੱਟੀ ਲਈ ਖੜਾ ਮੇਰੇ ਕੋਲ ਨਾਲ ਹੀ ਗਰਜੋਤ ਵਰਗੇ ਦੁਨਾਲੀ ਵਰਗੇ ਕਹਿੰਦੇ ਫਾਈਨਲ ਮੈਚ ਦਾ ਸਵਾਦ ਲਿਆਉਣਾ ਕਿਉਂਕਿ ਸਵਾਦ ਤਾਂ ਪੈਸਿਆਂ ਨਾਲ ਹੀ ਆਉਂਦਾ ਹੈ ਜਰਨੈਲ ਸਿੰਘ ਜੀ ਮੈਂਬਰ ਪੰਚਾਇਤ ਦਾ ਸੁਖੇ ਦੀ ਇਸ ਕਬੱਡੀ ਦੇ ਉੱਤੇ 500 ਦੇ ਮਾਨ ਕਰਨਗੇ ਉਹੀ ਜੀ ਜੇ ਰੇਡਰ ਲੈ ਗਿਆ ਤੇ ਦੇਣੇ ਤਾਂ ਰੇਡਰ ਨੂੰ ਵੀ ਪੈਣੇ ਆ ਲਓ ਕਬੱਡੀ ਫਿਰ ਪਈ ਹੋਈ ਹੈ ਜੇ ਭਾਊ ਜੱਫਾ ਲਾਵੇ ਨੀਟੋ ਧਨੋਏ ਵੱਲੋਂ ਵੀ 500 ਹੋਵੇਗਾ ਜੇ ਭਾਊ ਜੱਫਾ ਲਾਵੇ ਲੈ ਵੀ ਭਾਊ ਪਾਵੇ ਹੱਥ ਲਾ ਲੈਂਦਾ ਕਰਤਾ ਚੱਕ ਵੀ ਮੁੰਡਾ ਕਿੰਨਾ ਕੁ ਤੇਜ਼ ਹੈ ਲੈ ਵੇਖੋ ਗਰਾਊਂਡ ਦੇ ਵਿੱਚ ਸੁੱਖੇ ਨੇ ਜੋ ਪੁਆਇੰਟ ਲੈ ਵੀ ਭੱਜ ਕੇ ਫੜਾ ਮੁੰਡਿਆ 500 ਦਾ ਨੋਟ ਜਾਣ ਵਾਲੇ ਸੁੱਖੇ ਦੇ ਲਈ ਮੈਂਬਰ ਪੰਚਾਇਤ ਸਾਡੇ ਵੀਰ ਮਾਫ ਕਰ ਭੇਜ ਰਹੇ ਹੈ ਕੈਣ ਪਿੰਡ ਦਾ ਪਾਲ ਵਾਧਾ ਕਬੱਡੀ ਪਾਉਣ ਦੇ ਲਈ ਵੇਖਦਾ ਵੀ ਚਾਰ ਚਾਪਰ ਚੌਕ ਦੇ ਵਿੱਚੋਂ ਬੂਟਾ ਸਾਦਾ ਸਿੰਘ ਵਾਲੇ ਨਾਲ ਖਾਨ ਬਦੋ ਹਠੂਰ ਪਿੰਡ ਦਾ ਪਾਲ ਤੇ ਗਾਜਾ ਵੀ ਖੜਾ ਬਦੋ ਵਾਲੀ ਹੈ ਬੱਜ ਗਈ ਕੈਂਟੀ ਤੇ ਉਖੜੇ ਪੈ ਪੁਆਇੰਟ ਸਿਹਾਂ ਦਾ ਉਡੇ ਖਾਦੇ ਆ ਵੀ ਸ਼ੇਰੂ ਨਾਲ ਕਹਿੰਦਾ ਇੱਧਰ ਸਾਡਾ ਵੀ ਲਵੀ ਮੁਕੰਦਪੁਰੀਆ ਤੇ ਗੁਰਜੋਤ ਤੇ ਦੁਨਾਲੀ ਕਹਿੰਦਾ ਵੀ ਲਵੀ ਪਾਤਰੇ ਦੇ 100 ਦੇ ਵੱਡੇ ਮਾਨੇ ਇੱਧਰ ਸ਼ੇਰੂ ਪੱਤੋਵਾਲੀਏ ਦੀ ਕਬੱਡੀ ਤੇ ਆਪਾਂ 100 ਲਾਵਾਂਗੇ ਸਾਡੇ ਵੀਰ ਲਵੀ ਮੁਕੰਦਪੁਰ ਤੇ ਨਾਲ ਹੀ ਸਾਡਾ ਵੀ ਗੁਰਜੋਤ ਵਰਗੇ ਤੇ ਨਾਲ ਹੀ ਸਾਡਾ ਭਰਾ ਦੁਨਾਲੀ ਉਹਨਾਂ ਦੀ ਤਰਫੋਂ ਲਵੀ ਸ਼ੇਰੂ ਦਿੱਲੀ ਵੀ 100 ਦੇ ਵੱਡੇ ਮਾਨੇ ਇੱਧਰ ਸਾਹਮਣੇ ਕਹਿੰਦੇ ਖੇਡ ਗਰਾਊਂਡ ਵਿੱਚ ਪਈ ਹੋਈ ਕਬੱਡੀ ਹੈ ਤੇ ਟੈਪ ਦੇ ਮੁਰਕਾ ਚੁੱਕਦਾ ਮੇਰੀ ਵੀਰਿਓ ਅੱਜ ਫਾਈਨਲ ਮੈਚ ਉੱਲਾਪੁਰ ਦਾ ਖੇਡ ਮੇਲਾ ਪ੍ਰਿਆ ਜਾਂਦਾ ਛੜਦਾ ਹੋਇਆ ਪਰ ਚੁੱਪ ਦੇ ਉੱਤੇ ਅਗਲੇ ਸਾਲ ਫੇਰ ਮਿਲਾਂਗੇ ਪਰ ਰਾਜੂ ਦੀ ਪਈ ਹੋਈ ਕਬੱਡੀ ਹੈ ਲਾਲ ਪੱਟੀ ਲਾਈ ਹੱਥਾਂ ਨੂੰ ਗਲੀ ਤੇ ਕਰੇ ਮੌਲਾ ਪਲੀ ਬੋਲਿਆ ਹੋਇਆ ਧਾਵਾ ਤੇ ਪੱਤੋ ਵਾਲੀ ਹੈ ਕਿਹੜਾ ਜਾਫੀ ਜੱਫਾ ਲਾਵੇਗਾ ਇਹ ਸਮੇਂ ਦੀ ਗੱਲ ਹੋਣੀ ਹੈ ਇੱਕ ਪਾਸੇ ਬੂਟਾ ਤੇ ਦੂਜੇ ਪਾਸੇ ਮੇਰੇ ਵੀਰਿਓ ਕਹਿੰਦੇ ਖਾਣਾ ਪੱਤੋ ਵਾਲੀ ਹੈ ਤੇ ਬੋਲਿਆ ਹੋਇਆ ਧਾਵਾ ਰਾਜੂ ਦਾ ਪਰ ਉੱਧਰ ਮੇਜਰ ਤੇ ਸੁੱਖਾ ਗੱਲ ਕਹਿੰਦਾ ਜਿੰਨੇ ਜੱਫੇ ਲੱਗਣਗੇ 100-100 ਦੇ ਵੱਡੇ ਮਨ ਹੋਣਗੇ ਪਰ ਜੱਫਾ ਪੈ ਚੁੱਕੇ ਹੈ ਅੱਗ ਜਾਫੀ ਇਸ ਕੱਲ੍ਹ ਗੁਰੂ ਪਿੱਲਾ ਲਵਤ ਵਾਲਾ ਆ ਵੀ ਪੱਤੋ ਵਾਲੀ ਹੈ ਕਬੱਡੀ ਲੈ ਵੀ ਵੇਖ ਰਿਹਾ ਹਰਪ੍ਰੀਤ ਗਿੱਲ ਐਨ ਵੇਖਦਾ ਵੀ ਮੈਦਾਨ ਦੇ ਵਿੱਚ ਸੁੱਖਾ ਕਬੱਡੀ ਪਾਉਣ ਆ ਰਿਹਾ ਜਾਣ ਵਾਲੇ ਦਾ ਸੁੱਖਾ ਟੇਕ ਧਰਤੀ ਮਨ ਮੱਥਾ 500 ਰੁਪਏ ਦੇ ਮਾਨ ਹੋਣਗੇ ਨੀਟੋ ਧਨੋਏ ਦੇ ਵੱਲੋਂ ਜਿਹੜਾ ਜਾਫੀ ਜੱਫਾ ਲਾ ਜਾਵੇ 500 ਰੁਪਏ ਦੇ ਮਾਸਕਰ ਕੀਤੇ ਜਾਣਗੇ ਇੱਕ ਪਾਸੇ ਸੋਨੀ ਖੜਾ ਹੈ ਇੱਕ ਪਾਸੇ ਭਾਊ ਸੀਹਾਂ ਦੌੜੀ ਹੈ ਤੇ ਵਿਚਕਾਰ ਸ਼ਿਕਾਰਾ ਹੋਣ ਵਾਲਾ ਹੈ ਵੇਖਦਾ ਵੀ ਚੌਹਾਂ ਦੇ ਵਿੱਚੋਂ ਕਾਣ ਖੁੱਜੀ ਲੱਗਦਾ ਹੈ ਕਾਣ ਵੜ ਕੇ ਟਾਕਰਾ ਕਰਦਾ ਹੈ 30 ਸਕਿੰਟ ਕੁਝ ਕੁ ਪਣ ਪੀ ਚੁੱਕੇ ਤੇ ਮੁਕਾਬਲਾ ਕਹਿੰਦੇ ਸੀਹਾਂ ਦੌੜੀ ਸੋਨੀ ਦੇ ਨਾਲ ਸਰਪੰਚ ਸਾਧੂ ਸਿੰਘ ਜੀ ਵਾਹ ਸਰਪੰਚ ਸਾਧੂ ਸਿੰਘ ਜੀ ਉਹਨਾਂ ਦੀ ਤਰਫੋਂ 200 ਰੁਪਇਆ ਤੇ ਨਾਲ ਹੀ ਲਵੀ ਮੁਕੰਦਪੁਰ ਤੇ ਗੁਰਜੋਤ ਸਾਲਾ ਵੀਰ ਤੇ ਉਹਨਾਂ ਤਰਫੋਂ 100 ਰੁਪਇਆ ਲੈ ਵੀ ਕਿਹਾ ਵੀ ਕਹਿੰਦੀ ਲੈ ਜਾ 100 ਰੁਪਇਆ ਫੜ ਕੇ ਲਵੀ ਮੁਕੰਦਪੁਰ ਦਾ ਮੀਟੂ ਦਿਓ ਨੀਟੂ ਧਨੋਆ ਇਹਨਾਂ ਵੱਲੋਂ 500 ਜਿਹੜਾ ਸੋਨੀ ਲਈ ਆਇਆ ਬੜਾ ਧੰਨਵਾਦ ਹੈ ਨੀਟੂ ਧਨੋਆ ਕੈਰ ਪਿੰਡ ਵਾਲਾ ਪਾਲ ਕਬੱਡੀ ਪਾ ਰਿਹਾ ਹੈ ਤੇ ਹਠੂਰ ਵਾਲਾ ਪਾਲ ਹੈ ਵੇਖਦੇ ਵੀ ਗਰਾਊਂਡ ਵਿੱਚ ਭਾਜੀ ਪੁਸ਼ੁਖੜੇ ਪੈਰ ਫੈਸਲਾ ਹੋ ਚੁੱਕਿਆ ਹੈ ਛੇਤੀ ਪੱਤੋ ਵਾਲੀਆ ਭੱਜ ਭੱਜ ਕੇ ਕਬੱਡੀਆਂ ਪਾ ਰਿਹਾ ਹੈ ਉਹਦਾ ਛੋਟਾ ਜਿਹਾ ਕੱਦ ਇਹ ਗੱਲ ਹੁਣ ਕਹਿਣੀ ਬਣਦੀ ਹੈ ਵੀ ਉਹਦਾ ਛੋਟਾ ਜਿਹਾ ਕੱਦ ਮੁੰਡਾ ਕਰੀ ਜਾਵੇ ਹੱਦ ਉਹਦਾ ਛੋਟਾ ਜਿਹਾ ਕੱਦ ਕਰੀ ਜਾਵੇ ਹੱਦ ਉਧਰ ਹੱਦ ਕਰਨ ਵਾਲੀ ਕਬੱਡੀ ਖੇਡੀ ਹੈ ਅੱਜ ਸ਼ੇਰੂ ਪੱਤੋ ਵਾਲੀ ਉਧਰ ਸਾਡਾ ਵੀ ਲਵੀ ਮੁਕੰਦਪੁਰ ਤੇ ਗੁਰਜੋਤ ਤੇ ਦਲਾਲੀ ਦਾ ਧੰਨਵਾਦ ਹੈ ਸ਼ਿੰਦਾ ਬਾਦਸ਼ਾਹ ਕਹਿੰਦਾ ਜਿਹੜੀ ਟੀਮ ਜਿੱਤੀ ਹੈ ਨਾ ਫਸਟ ਹੈ ਜਾਂ 2000 ਰੁਪਇਆ ਵੱਖਰਾ ਵਾ ਵਾਹ ਤੇ ਲੈ ਵੀ ਪੱਤੋ ਵਾਲਿਆ 200 ਰੁਪਇਆ ਮੇਰੀ ਮੁੱਠੀ ਵਿੱਚ